ਅਜੀਤ ਪੈਪ ਟੀ ਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਨਿੱਘਾ ਸਵਾਗਤ। ਮੈਂ ਹਾਂ ਦਵਿੰਦਰ ਸਿੰਘ। ਜੇਕਰ ਤੁਸੀਂ ਵੀ ਔਨਲਾਈਨ ਸ਼ੋਪਿੰਗ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ, ਕਿਉਂਕਿ ਚੰਡੀਗੜ੍ਹ ਕੰਜ਼ਿਊਮਰ ਕੋਰਟ ਨੇ ਇੱਕ ਅਜਿਹੇ ਮਾਮਲੇ 'ਤੇ ਸੁਣਵਾਈ ਕੀਤੀ ਜਿਸ ਦੇ ਵਿੱਚ 49 ਰੁਪਏ ਦੇ ਚਾਰਜਸ ਦੇ ਉੱਤੇ ਕੋਰਟ ਨੇ ਇੱਕ ਔਨਲਾਈਨ ਪੋਰਟਲ ਨੂੰ ਜਿਹੜਾ ਹੈਗਾ, ਇੱਕ ਔਨਲਾਈਨ ਸ਼ੋਪਿੰਗ ਕਰਨ ਵਾਲੀ ਕੰਪਨੀ ਨੂੰ ਜਿਹੜਾ ਹੈਗਾ 30,000 ਰੁਪਏ ਦਾ ਜੁਰਮਾਨਾ ਜਿਹੜਾ ਉਹ ਕੀਤਾ। ਸੀਨੀਅਰ ਐਡਵੋਕੇਟ ਪੰਕਜ ਜੀ ਮੇਰੇ ਨਾਲ ਨੇ। ਪੰਕਜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਅਜੀਤ ਪੈਪ ਟੀ 'ਤੇ। ਹਾਂਜੀ, ਥੈਂਕ ਯੂ। ਇਹ ਜਿਹੜਾ ਪੂਰਾ ਮਾਮਲਾ ਹੈ, ਵਿਸਥਾਰ ਦੇ ਨਾਲ ਜਾਣਕਾਰੀ ਦੇ ਦਿਓ ਕਿ 49 ਰੁਪਏ ਕਿਸ ਚੀਜ਼ ਦੇ ਚਾਰਜਸ ਲੱਗੇ ਸੀ ਅਤੇ ਕੋਰਟ ਨੇ ਕਿਸ ਵਿਹਾਵ 'ਤੇ ਜਿਹੜਾ ਹੈਗਾ ਇਹ ਸਾਰਾ 30,000 ਰੁਪਏ ਜੁਰਮਾਨਾ ਲਗਾਇਆ। ਦੇਖੀਏ, ਆਮ ਤੌਰ 'ਤੇ ਹਰੇਕ ਪਬਲਿਕ ਅੱਜ ਕੱਲ੍ਹ ਔਨਲਾਈਨ ਸ਼ੋਪਿੰਗ ਕਰਦੀ, ਖਾਸ ਕਰ ਮੋਬਾਈਲ ਦੀ। ਉਹਨਾਂ ਨੂੰ ਲੱਗਦਾ ਕਿ ਸਸਤਾ ਮਿਲਦਾ ਹੈ ਸ਼ੋਪ ਤੋਂ, ਅਤੇ ਉਹ ਵੀ ਗੱਲ ਹੈਗੀ, ਅਤੇ ਇਸ ਲਈ ਬਾਕੀ ਅਮੈਜ਼ਨ, ਫਲਿੱਪਕਾਰਟ ਇਹੋ ਜਿਹੇ ਵੱਡੇ ਵੱਡੇ ਪਲੇਟਫਾਰਮ ਹੈ ਜਿਹੜੇ ਡਿਸਕਾਊਂਟ ਵੀ ਔਫਰ ਕਰਦੇ ਨੇ। ਤਾਂ ਇਸ ਲਈ ਬੰਦੇ ਨੇ ਨਾ ਇੱਕ OnePlus ਦਾ ਮੋਬਾਈਲ ਔਡਰ ਕੀਤਾ ਫਲਿੱਪਕਾਰਟ ਦੀ ਵੈਬਸਾਈਟ ਤੋਂ, ਉਹ 40,000 ਕੁਛ ਰੁਪਏ ਦਾ ਸੀਗਾ। ਠੀਕ ਹੈ, ਬੰਦੇ ਨੇ ਕਰਤਾ ਔਡਰ। ਹੁਣ ਉਸ ਟਾਈਮ ਔਡਰ ਕਰਦੇ ਹੋਏ ਇਨਵਾਈਸ ਨਹੀਂ ਦਿਖਦੀ ਤੁਹਾਨੂੰ, ਉਸ ਟਾਈਮ ਸਿਰਫ ਇੱਕ ਅਮਾਊਂਟ ਦਿਖਦੀ ਟੋਟਲ। ਤਾਂ ਆਪਾਂ ਕਰ ਦਿੰਦੇ ਔਡਰ, ਸਾਨੂੰ ਕੀ ਪਤਾ ਕੀ ਗਲਤ ਹੈ ਕੀ ਸਹੀ, ਕਰ ਦਿੰਦੇ। ਚਲੋ ਫਿਰ ਫੋਨ ਆ ਗਿਆ ਜੀ, ਫੋਨ ਦੇ ਨਾਲ ਦੋ ਇਨਵਾਈਸ ਆਉਂਦੀ ਹੈ, ਇੱਕ ਮੋਬਾਈਲ ਫੋਨ ਦੀ, ਉਹਦੇ ਵਿੱਚ ਵੀ ਹੈਂਡਲਿੰਗ ਚਾਰਜਿਸ 99 ਰੁਪਏ ਲਿਖੇ ਹੋਏ ਨੇ ਸੇਮ ਇਨਵਾਈਸ 'ਚ। ਉਹਦੇ ਨਾਲ ਇੱਕ ਹੋਰ ਇਨਵਾਈਸ ਹੈ, ਫਿਰ ਹੈਂਡਲਿੰਗ ਫੀ 49 ਰੁਪਏ ਦੀ, ਤਾਂ ਡਬਲ ਹੈਂਡਲਿੰਗ ਫੀ ਲੈ ਲਈ ਇੱਕ ਤਾਂ, ਔਰ ਦੋ ਬਿੱਲ ਇੱਕੋ ਹੀ ਚੀਜ਼ ਦੇ ਹੋ ਹੀ ਨਹੀਂ ਸਕਦੇ ਕਦੇ ਵੀ। ਤਾਂ ਇਸ ਬਿਨਾਂ 'ਤੇ ਪਲੱਸ ਉਹਦੇ ਵਿੱਚ ਇੱਕ ਹੋਰ ਸੀਗਾ ਕਿ ਜੇ ਉਹਨਾਂ ਨੇ ਮੋਬਾਈਲ ਜਿਹੜਾ ਔਡਰ ਕੀਤਾ ਉਹ ਆਇਆ ਤਾਂ ਜਦ ਉਹ ਕੈਮਰਾ ਫੰਕਸ਼ਨ ਔਨ ਕਰਦੇ ਸੀ ਤਾਂ ਉਹ ਹੈਂਗ ਹੋ ਜਾਂਦਾ ਸੀ, ਨਵਾਂ ਫੋਨ ਤਾਂ ਚੱਲਦੇ ਉਹਦੇ ਅੱਗੇ ਚੱਲਦਾ ਹੀ ਨਹੀਂ ਸੀ। ਤਾਂ ਫਿਰ ਉਹ OnePlus ਸੈਂਟਰ 'ਚ ਗਏ, ਸਰਵਿਸ ਸੈਂਟਰ ਦਿਖਾਉਣ ਨੇ। ਉਹਨਾਂ ਨੇ ਦੱਸਿਆ ਜੀ ਇਹ ਤਾਂ 2 ਮਾਰਚ ਤੋਂ ਖੁੱਲ੍ਹਿਆ ਹੋਇਆ ਹੈ, ਬੰਦੇ ਨੇ ਔਡਰ ਕੀਤਾ ਸੀ ਜੁਲਾਈ 'ਚ, ਉਹਨਾਂ ਨੇ OnePlus ਨੇ ਦੱਸਤਾ ਕਿਉਂਕਿ ਕੰਪਿਊਟਰਾਈਜ਼ ਹੋ ਗਿਆ ਅੱਜ ਕੱਲ੍ਹ ਸਾਰਾ, ਤਾਂ 2 ਮਾਰਚ ਦਾ ਹੈਗਾ ਜੀ। ਤਾਂ ਇਸ ਦਾ ਮਤਲਬ ਪੁਰਾਣਾ ਫੋਨ ਚੇਪਤਾ ਔਰ ਉਸ ਦੇ ਉੱਪਰ ਡਿਫੈਕਟਿਵ ਫੋਨ ਚੇਪਤਾ, ਤਾਂ ਬੰਦਾ ਤਾਂ ਉਹ ਕੇਸ ਕਰਨ ਆਇਆ ਸੀ ਕਿ, ਲੇਕਿਨ ਜਦ ਮੈਂ ਕਾਨੂੰਨੀ ਤੌਰ 'ਤੇ ਦੇਖਿਆ ਤਾਂ ਇੱਕ ਇਹ 49 ਰੁਪਏ ਦੀ ਔਰ ਗਲਤੀ ਸੀਗੀ। ਤਾਂ ਆਪਾਂ ਇਹ ਸਾਰੇ ਪੁਆਇੰਟ ਲੈ ਕੇ ਸਟੇਟ ਕਮਿਸ਼ਨ ਚੰਡੀਗੜ੍ਹ 'ਚ ਇੱਕ ਅਨਫੇਅਰ ਕੰਟਰੈਕਟ ਦਾ ਕਲੋਜ਼ ਹੈਗਾ ਜਿਹਦੇ ਵਿੱਚ ਤੁਸੀਂ ਡਿਸਟ੍ਰਿਕਟ ਕੋਰਟ ਨਾਲ ਜਾ ਕੇ ਸਿੱਧਾ ਸਟੇਟ ਕਮਿਸ਼ਨ ਆ ਸਕਦੇ ਹੋ। ਤਾਂ ਅਸੀਂ ਸਟੇਟ ਕਮਿਸ਼ਨ 'ਚ ਸਿੱਧਾ ਪਾਇਆ, ਅਤੇ ਸਟੇਟ ਕਮਿਸ਼ਨ ਨੇ ਸਾਰੇ ਸੁਣ ਕੇ, ਕਿਉਂਕਿ ਕਾਗਜ਼ੀ ਹੈ ਕਿ ਬਈ ਪੁਰਾਣਾ ਫੋਨ ਹੈ ਨਹੀਂ ਚੱਲ ਰਿਹਾ ਅਤੇ 49 ਰੁਪਏ ਗਲਤ ਲਿੱਤੇ, ਸਭ ਕੁਝ ਦਿਖ ਰਿਹਾ, ਅਤੇ ਕੋਰਟ ਨੇ ਔਡਰ ਕੀਤਾ ਉਹਨਾਂ ਨੂੰ ਕਿ ਤੁਸੀਂ 39 ਰੁਪਏ ਜਿਹੜੇ ਲੈ ਰਹੇ ਹੋ ਉਹ ਅੱਗੇ ਤੋਂ ਨਹੀਂ ਲੈਣੇ ਕਿਸੇ ਤੋਂ ਵੀ, ਇਹ ਅਨਫੇਅਰ ਕੰਟਰੈਕਟ ਹੈਗਾ ਅਤੇ ਡਾਰਕ ਪੈਟਰਨ ਹੈਗਾ। ਤਾਂ ਇਹ ਮੈਂ ਪਬਲਿਕ ਨੂੰ ਦੱਸਣਾ ਚਾਹਾਂਗਾ ਕਿ ਇਹ ਸਿਰਫ ਇਸ ਕੰਪਲੇਨੈਂਟ ਲਈ ਨਹੀਂ ਹੈ, ਸਾਰਿਆਂ ਲਈ ਹੈ ਕਿ ਹੁਣ ਅੱਗੇ ਤੋਂ ਤੁਸੀਂ ਫਲਿੱਪਕਾਰਟ ਤੋਂ ਔਡਰ ਕਰੋ ਅਤੇ ਤੁਹਾਨੂੰ 49 ਰੁਪਏ ਦੀ ਜਾਂ ਕੁਛ ਵੀ ਅਮਾਊਂਟ ਦੀ ਹੈਂਡਲਿੰਗ ਚਾਰਜ ਦੀ ਇਨਵਾਇਸ ਹੋਏ ਤਾਂ ਉਹ ਤੁਸੀਂ ਕੇਸ ਕਰ ਸਕਦੇ ਹੋ। ਹੁਣ ਤੁਹਾਡੇ ਕੋਲ ਐਗਜ਼ਾਮਪਲ ਹੈ, ਚਲੋ ਪਹਿਲਾਂ ਤਾਂ ਤੁਸੀਂ ਕਹਿੰਦੇ ਹੋ ਕਿ 49 ਰੁਪਏ ਲਈ ਜਾਣਾ ਟਾਈਮ ਲੱਗੂਗਾ, ਲੇਕਿਨ ਹੁਣ ਆਓਗੇ ਤਾਂ ਟਾਈਮ ਵੀ ਨਹੀਂ ਲੱਗਣਾ ਕਿਉਂਕਿ ਆਲਰੇਡੀ ਫੈਸਲਾ ਹੈਗਾ, ਤਾਂ ਕੋਰਟ ਦੀ ਅਵੇਲਨਾ ਮਾਨੀ ਜਾਏਗੀ ਅਗਰ ਫਲਿੱਪਕਾਰਟ ਹੁਣ ਵੀ ਲੈਂਦੀ ਰਹੇ। ਪਲੱਸ ਇਹਦੇ ਵਿੱਚ ਮੇਨ ਤਾਂ ਮੋਬਾਈਲ ਦੀ ਰਿਫੰਡ ਹੋਇਆ 9% ਵਿਆਜ ਨਾਲ, ਪਲੱਸ 10,000 ਲੱਗੇ ਨੇ ਕੰਪਨਸੇਸ਼ਨ ਦੇ ਤੌਰ 'ਤੇ ਜਿਹੜਾ ਫਿਜ਼ੀਕਲ ਅਤੇ ਮੈਂਟਲ ਹੈਰੈਸਮੈਂਟ ਬੰਦੇ ਦੀ ਹੋਈ। 10,000 ਰੁਪਏ ਲੀਗਲ ਕੋਸਟ, ਕਿਉਂਕਿ ਉਹਨਾਂ ਨੇ ਮੈਨੂੰ ਕੀਤਾ ਲੀਗਲ ਕੋਸਟ, ਫੀਸ ਹੈਗੀ, ਖਰਚਾ ਪਾਣੀ ਹੈ, 10,000 ਲੀਗਲ ਕੋਸਟ। ਪਲੱਸ ਇੱਕ ਨਈ ਚੀਜ਼, 10,000 ਰੁਪਏ ਪਿਊਨਿਟਿਵ ਡੈਮੇਜਸ ਕਹਿ ਕੇ ਲਗਾਈ ਗਈ ਹੈ ਕੰਪਨੀ ਦੇ। ਇਹ ਕਿਉਂ ਲੱਗਦੀ ਹੈ, ਜਿੱਥੇ ਇੱਕ ਕੋਰਟ ਇਹ ਦੇਖਦੀ ਕਿ ਬਈ ਵੱਡੀ ਚੀਜ਼ ਹੈ ਜਿਹੜੀ ਪਬਲਿਕ ਨਾਲ ਡੀਲ ਕਰ ਰਹੀ ਹੈ, ਤਾਂ ਇਹ ਗਲਤੀ ਤਾਂ ਇੱਕ ਨਾਲ ਕੀਤੀ ਲੇਕਿਨ ਸਭ ਦੇ ਨਾਲ ਕਰਦੀ ਹੋਈ ਹੈ, ਇਹਦਾ ਮਤਲਬ। ਇਸ ਲਈ ਪਿਊਨਿਟਿਵ ਡੈਮੇਜਸ ਮਤਲਬ ਪਨਿਸ਼ਮੈਂਟ ਦੇ ਤੌਰ 'ਤੇ ਕੰਪਨੀ ਦਾ ਲਾਣਾ, ਤਾਂ ਕਿ ਉਹਨੂੰ ਸਬਕ ਲੱਗੇ। ਤਾਂ ਪਲੱਸ 10,000 ਤੋਂ ਟੋਟਲ 30,000 ਰੁਪਏ 40,000 ਦੀ ਚੀਜ਼ ਲਈ ਲੱਗੇ ਆ, ਤਾਂ ਇਹ ਦਿਖਾਉਂਦਾ ਹੈ ਕਿ ਕਿੰਨੀ ਵੱਡੀ ਗਲਤੀ ਕੀਤੀ ਹੈ ਫਲਿੱਪਕਾਰਟ ਨੇ ਕਿ ਇੰਨਾ ਭਾਰੀ ਜੁਰਮਾਨਾ ਲੱਗਿਆ, ਅਤੇ ਉਹਨਾਂ ਨੂੰ ਅੱਗੇ ਲਈ ਰੋਕਤਾ ਹੈ ਇਹ ਗਲਤ ਹੈਂਡਲਿੰਗ ਫੀਸ ਲੈਣ ਤੋਂ।
ਜਿਵੇਂ ਬਹੁਤ ਸਾਰੇ ਲੋਕ ਨੇ ਜਿਵੇਂ ਅਸੀਂ ਕਿਤੇ ਸ਼ੋਪਿੰਗ ਕਰਨ ਜਾਂਦੇ ਹਾਂ ਤਾਂ ਸਾਡੇ ਫੋਨ ਨੰਬਰ ਦੀ ਮੰਗ ਕਰਦੇ ਆ ਉਹ ਵੀ ਤੁਹਾਡਾ ਫੋਨ ਨੰਬਰ ਦਿਓ, ਉਸ ਤੋਂ ਬਾਅਦ ਅਸੀਂ ਬਿੱਲ ਕੱਟ ਕੇ ਦੇਵਾਂਗੇ। ਉਸ ਤੋਂ ਬਾਅਦ ਜਦੋਂ ਅਸੀਂ ਸ਼ੋਪਿੰਗ ਕਰਕੇ ਨਿਕਲਦੇ ਹਾਂ ਤਾਂ ਉਹ ਕਹਿੰਦੇ ਆ ਵੀ ਬੈਗ ਜਿਹੜਾ ਅਸੀਂ ਉੱਥੋਂ ਲੈਣਾ ਉਹਦੇ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਣੇ ਆ, ਕੀ ਇਹ ਵੀ ਕਾਨੂੰਨ ਦੇ ਤਹਿਤ ਆ ਜਾਂ ਇਹਦੇ ਇਹ ਵੀ ਮਤਲਬ ਕਿਤੇ ਨਾ ਕਿਤੇ ਗਲਤ ਆ? ਇਹ ਦੋਨੋਂ ਪ੍ਰੈਕਟਿਸ ਆ ਗਲਤ ਹੈ ਜੀ। ਤੁਸੀਂ ਸ਼ੋਪਿੰਗ ਕਰਨ ਜਾਂਦੇ ਹੋ, ਪੰਜ ਚੀਜ਼ਾਂ ਖਰੀਦੀ, ਤੁਸੀਂ ਹੱਥ 'ਚ ਚੱਕੇ ਲਾਓਗੇ? ਇਹ ਸੈਕਸ਼ਨ 36 ਸੇਲ ਆਫ ਗੁੱਡਸ ਐਕਟ ਸਾਫ਼ ਲਿਖਿਆ ਹੋਇਆ ਹੈ ਕਿ ਦੁਕਾਨਦਾਰ ਡਿਲੀਵਰੇਬਲ ਸਟੇਟ 'ਚ ਚੀਜ਼ ਦੇਵੇਗਾ ਤੁਹਾਨੂੰ। ਡਿਲੀਵਰੇਬਲ ਸਟੇਟ ਦਾ ਕੀ ਮਤਲਬ ਹੈ ਕਿ ਮੈਂ ਲੈ ਜਾ ਸਕਾਂ, ਤਾਂ ਉਹ ਇੰਕਲੂਡਿਡ ਹੈ ਸੇਲ ਦੇ ਵਿੱਚ। ਅਤੇ ਜਿਹੜਾ ਪ੍ਰੋਡਕਟ ਹੈਗਾ ਉਹ ਤੁਸੀਂ ਡਾਲ ਕੇ ਦਿਓਗੇ, ਤਾਂ ਸ਼ੋਪਿੰਗ ਬੈਗ 'ਤੇ ਜਿਹੜੇ ਚਾਰਜਿਸ ਲੈ ਰਹੇ ਨੇ ਉਹ ਗਲਤ ਹੈ, ਤਾਂ ਕੋਰਟ ਨੇ ਬਹੁਤ ਕੇਸਾਂ 'ਚ ਹੋਲਡ ਕੀਤਾ ਹੋਇਆ। ਲੇਕਿਨ ਕੰਜ਼ਿਊਮਰ ਕੋਰਟ ਦੀ ਕੀ ਮੁਸ਼ਕਿਲ ਹੈਗੀ ਕਿ ਜੋ ਫੈਸਲਾ ਹੁੰਦਾ ਉਹ ਦੋ ਬੰਦਿਆਂ ਵਿੱਚ ਹੀ ਹੁੰਦਾ, ਉਹ ਸਭ ਨੂੰ ਨਹੀਂ ਲਾਗੂ ਹੁੰਦਾ ਕਿਉਂਕਿ ਹਾਈ ਕੋਰਟ ਨਹੀਂ ਹੈਗੀ। ਉਹ ਮੁਸ਼ਕਿਲ ਹੈ, ਇਸ ਲਈ ਦੁਕਾਨਦਾਰ ਫਾਇਦਾ ਉਠਾਉਂਦੇ ਕਿ ਸਾਡੇ ਖਿਲਾਫ਼ ਤਾਂ ਆਰਡਰ ਹੈ ਨਹੀਂ, ਅਸੀਂ ਕਰਾ ਜਾਵਾਂਗੇ। ਲੇਕਿਨ ਜਦ ਇੱਕ ਚੀਜ਼ ਹੋਲਡ ਹੋ ਗਈ ਕਿ ਗਲਤ ਹੈ ਤਾਂ ਤੁਸੀਂ ਮੰਨੋ ਨਾ। ਔਰ ਮੈਂ ਕਹਿੰਦਾ ਸਾਲੇ 1,000, 2,000, 5,000, 10,000 ਦੀ ਚੀਜ਼ ਵੇਚ ਰਹੇ ਹੋ, ਉਹਦੇ ਵਿੱਚ ਤੁਸੀਂ 13 ਰੁਪਏ ਲਈ ਮਰ ਰਹੇ ਹੋ, ਤੁਸੀਂ ਡਿਸਕਾਊਂਟ ਤਾਂ 50% ਦੇ ਦਿਓਗੇ, 13 ਰੁਪਏ ਲੈਣੇ ਤੁਸੀਂ, ਕਮਾਲ ਦੀ ਗੱਲ ਹੈ। ਤਾਂ ਇਸ ਲਈ ਗਲਤ ਹੈਗਾ। ਪਲੱਸ ਉਹਦੇ ਵਿੱਚ ਕੀ ਹੁੰਦਾ, ਕੈਰੀ ਬੈਗ 'ਤੇ ਨਾਮ ਤਾਂ ਉਹਨਾਂ ਦਾ ਛਪਿਆ ਹੋਇਆ, ਤਾਂ ਮੈਨੂੰ ਪੈਸੇ ਦੇਣੇ ਚਾਹੀਦੇ, ਮੈਂ ਉਹਨਾਂ ਦੀ ਐਡਵਰਟਾਈਜ਼ਿੰਗ ਕਰ ਰਿਹਾ। ਅਤੇ ਪਲੱਸ ਤੁਸੀਂ ਜਿਹੜਾ ਮੋਬਾਈਲ ਨੰਬਰ ਵਾਲਾ ਕਿਹਾ ਉਹ ਵੀ ਗਲਤ ਹੈ, ਉਹ ਵੀ ਕੋਰਟ ਨੇ ਹੋਲਡ ਕੀਤਾ ਹੋਇਆ। ਹਲੇ ਕੌਫੀ ਬੀਨ ਦੇ ਖਿਲਾਫ਼ ਕੇਸ ਹੋਇਆ ਸੀ, ਉਹਦੇ ਵਿੱਚ ਕੋਰਟ ਨੇ ਹੋਲਡ ਕਰਤਾ ਕਿ ਬਈ ਪਰਸਨਲ ਡਿਟੇਲ, ਸਿਰਫ ਮੋਬਾਈਲ ਨੰਬਰ ਨਹੀਂ ਹੈ, ਕਦੇ ਜੀਮੇਲ ਮੰਗ ਲੈਂਦੇ, ਕਦੇ ਕੁਝ ਮੰਗ ਲੈਂਦੇ ਨੇ, ਐਡਰੈਸ ਮੰਗ ਲੈਂਦੇ, ਤੁਹਾਡੀ ਆਕਿਊਪੇਸ਼ਨ, ਕੁਝ ਵੀ। ਨੋ ਪਰਸਨਲ ਡਿਟੇਲਸ, ਓਨਲੀ ਨੇਮ। ਨੋ ਪਰਸਨਲ ਡਿਟੇਲਸ ਵਿਲ ਬੀ ਟੇਕਨ ਬਾਈ ਐਨੀ ਸ਼ੋਪਕੀਪਰ ਔਨ ਐਨੀ ਪ੍ਰੋਟੈਕਸਟ ਵਟਸੋਐਵਰ। ਅਤੇ ਉਹਦੇ ਵਿੱਚ ਵੀ ਕੌਫੀ ਬੀਨ ਦੇ ਖਿਲਾਫ਼ 10,000 ਦਾ ਜੁਰਮਾਨਾ ਲੱਗਿਆ ਇਹੋ ਜਿਹੀ ਪੁਨੀ ਲੈਣ ਲਈ ਮੋਬਾਈਲ ਨੰਬਰ। ਅਤੇ ਉਹ ਵੀ ਹੁਣ ਸਭ ਨੂੰ ਸਮਝਣਾ ਚਾਹੀਦਾ ਕਿਉਂਕਿ ਉਹ ਸਿਰਫ ਕੋਰਟ ਦਾ ਫੈਸਲਾ ਨਹੀਂ ਹੈ, ਉਹ ਕੰਜ਼ਿਊਮਰ ਅਫੇਅਰ ਮਿਨਿਸਟਰੀ ਦੇ ਸਾਰੇ ਅੰਡਰ ਆਉਂਦਾ ਇੱਕ ਸਭ 'ਚ ਮਾਮਲਾ। ਉਹਨਾਂ ਨੇ ਨੋਟੀਫਿਕੇਸ਼ਨ ਇਸ਼ੂ ਕੀਤੀ ਹੈ May 2023 'ਚ, ਸਭ ਨੂੰ ਰਿਟੇਲਰਸ ਐਸੋਸੀਏਸ਼ਨ ਨੂੰ ਸਭ ਨੂੰ ਭੇਜੀ ਹੋਈ ਹੈ ਕਿ ਤੁਸੀਂ ਨਹੀਂ ਲੈਣਾ, ਉਹ ਫਿਰ ਵੀ ਉਹ ਨਹੀਂ ਮੰਨਦੇ। ਮੈਂ ਦਸੰਬਰ ਤੱਕ ਵੇਟ ਕੀਤਾ ਕਿ ਚਲੋ ਲਾਗੂ ਕਰਨਗੇ, ਜੁਲਾਈ ਦੀ ਹੈ, ਚਲੋ ਕੋਈ ਨਹੀਂ, ਲੇਕਿਨ ਧੜੱਲੇ ਨਾਲ ਲੈ ਰਹੇ ਨੇ ਸਾਰੇ। ਤੋ ਵਾਇਲੇਸ਼ਨ ਮਿਨਿਸਟਰੀ ਦੀ ਵੀ ਹੈਗੀ, ਤਾਂ ਫਿਰ ਮੈਂ ਕੇਸ ਪਾਇਆ ਆਖਿਰਕਾਰ ਕਿ ਇਹ ਬਿਨਾਂ ਕੋਰਟ ਦੇ ਡੰਡੇ ਦੇ ਨਹੀਂ ਸਮਝੂਗੇ। ਅਤੇ ਉਹ ਫਿਰ ਫੈਸਲਾ ਆਪਣੇ ਹੱਕ 'ਚ ਆਇਆ ਕਿ ਮੋਬਾਈਲ ਨੰਬਰ ਨਹੀਂ ਲੈ ਸਕਦੇ, ਕੋਈ ਜੀਮੇਲ ਕੁਛ ਵੀ ਨਹੀਂ ਲੈ ਸਕਦੇ, ਬਿਲਕੁਲ। ਪਲੱਸ ਕੈਰੀ ਬੈਗ ਦੇ ਚਾਰਜਿਸ ਨਹੀਂ ਲੈ ਸਕਦੇ। ਹੁਣ ਇਹ ਆਪਾਂ ਨੂੰ ਅਵੇਅਰ ਹੋਣਾ, ਆਪਾਂ ਨੂੰ ਲੜਨਾ ਪਏਗਾ। ਕੋਈ ਤੁਹਾਨੂੰ ਕਹਿੰਦਾ ਜੀ ਕੈਰੀ ਬੈਗ ਲੈਣਾ, ਕਹਿੰਦਾ ਹਾਂ ਲੈਣਾ, ਲੇਕਿਨ ਪੈਸੇ ਨਹੀਂ ਦੇਣੇ। ਅਗਰ ਫਿਰ ਵੀ ਲੈਂਦੇ ਤਾਂ ਬਿੱਲ 'ਚ ਐਡ ਕਰੂਗੇ। ਹੁਣ ਉਹਦੇ ਵਿੱਚ ਇੱਕ ਹੋਰ ਚਲਾਕੀ ਕਿਰ ਓਕੇ, ਕੋਰਟ ਦੇ ਫੈਸਲੇ ਦੇ ਬਾਅਦ ਪਹਿਲਾਂ ਲਿਖਦੇ ਸੀ ਕੈਰੀ ਬੈਗ 13 ਰੁਪਏ, ਹੁਣ ਲਿਖਦੇ ਪੇਪਰ 26x10 ਇੰਚ ਦਿਖਾਉਣ ਲਈ ਕਿ ਅਸੀਂ ਕੈਰੀ ਬੈਗ ਤੋਂ ਵੇਚਿਆ ਹੀ ਨਹੀਂ, ਪੇਪਰ ਵੇਚਿਆ। ਹੁਣ ਗਾਰਮੈਂਟ ਦੀ ਸ਼ੋਪ ਪੇਪਰ ਵੇਚ ਸਕਦੀ ਹੈ? ਤਾਂ ਸਾਰੀ ਕੁਝ ਗਲਤ ਹੈ, ਦਿਖਦਾ ਹੈ। ਮਤਲਬ ਤੁਸੀਂ ਜਿੰਨਾ ਮਰਜ਼ੀ ਚਲਾਕੀ ਕਰ ਲਓ, ਫੜੇ ਤੋਂ ਜਾਓਗੇ ਹੀ। ਲੇਕਿਨ ਆਪਾਂ ਨੂੰ ਪਬਲਿਕ ਨੂੰ ਅਵੇਅਰ ਹੋ ਕੇ ਸਾਰੀ ਚੀਜ਼ਾਂ 'ਚ ਲੜਨਾ ਹੈ, ਕਿਉਂਕਿ ਇੱਕ ਆਧੇ ਕੇਸ ਨਾਲ ਕੰਪਨੀਆਂ ਨੂੰ ਨਹੀਂ ਫਰਕ ਪੈਂਦਾ, ਸਾਰੇ ਆਉਣਗੇ, ਕਮ ਸੇ ਕਮ 2 'ਚ 1 ਆਏ, ਫਿਰ ਵੀ ਗੱਲ ਬਣਦੀ ਹੈ। ਪੰਕਜ ਜੀ, ਸੋ ਜਿਵੇਂ ਕਿ ਤੁਸੀਂ ਸੁਣਿਆ, ਪੰਕਜ ਜੀ ਨੇ ਦੱਸਿਆ ਕਿ ਜੇਕਰ ਤੁਸੀਂ ਵੀ ਔਨਲਾਈਨ ਕੋਈ ਔਰਡਰ ਕਰਦੇ ਹੋ ਤਾਂ ਉਸਦੇ ਉੱਤੇ ਹੈਂਡਲਿੰਗ ਚਾਰਜ ਜਾਂ ਕੋਈ ਹੋਰ ਚਾਰਜ ਜਿਹੜੇ ਹੈਗੇ ਆ ਉਹ 2 ਵਾਰ ਲਗਾਏ ਜਾਣ, ਤਾਂ ਤੁਸੀਂ ਸਪਸ਼ਟ ਤੌਰ 'ਤੇ ਜਿਹੜਾ ਹੈਗਾ ਕੋਰਟ ਦਾ ਦਰਵਾਜ਼ਾ, ਕੰਜ਼ਿਊਮਰ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹੋ ਅਤੇ ਉੱਥੋਂ ਆਪਣਾ ਇਨਸਾਫ ਹੈ ਜਿਹੜਾ ਉਹ ਹਾਸਲ ਕਰ ਸਕਦੇ ਹੋ। ਤੁਸੀਂ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ, ਸੰਤਾਸ਼ੂ ਸ਼ਰਮਾ ਦੇ ਨਾਲ, ਦਵਿੰਦਰ ਸਿੰਘ।